ਗੁਆਂਢੀ ਦੇ ਵੱਲੋਂ ਹੀ ਗੁਆਂਢੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇੱਕ ਗੁਆਂਢੀ ਦੂਸਰੇ ਗੁਆਂਢੀ ਦੇ ਘਰ ਛੱਤ ਟੱਪ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚਿਆ ਸੀ ਤੇ ਜਾਂਦੇ ਸਾਰ ਹੀ ਇੱਕ ਵਿਅਕਤੀ ਦੇ ਉੱਤੇ ਉਸਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਗਰਦਨ ਦੇ ਉੱਤੇ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਪੂਰੀ ਦਹਿਸ਼ਤ ਫੈਲ ਗਈ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ, ਪਰ ਆਖਿਰ ਇਹ ਕਤਲ ਕਿਉਂ ਕੀਤਾ ਗਿਆ, ਇਸ ਦੇ ਬਾਰੇ ਜੋ ਜਾਂਚ ਹੈ ਉਹ ਪੁਲਿਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਮਾਮਲਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਗੁਆਂਢੀ ਹੀ ਗੁਆਂਢੀ ਦੀ ਜਾਨ ਦਾ ਦੁਸ਼ਮਣ ਬਣਿਆ ਤੇ ਗੁਆਂਢੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਘਰ ਆ ਕੇ ਦੇਖਿਆ ਫਾਦਰ ਸਾਹਿਬ ਦੇ ਗਲ 'ਤੇ ਟੱਕ ਲੱਗਿਆ ਹੋਇਆ, ਸਾਨੂੰ ਕੁਛ ਨਹੀਂ ਪਤਾ ਵੀ ਕਿਆ ਕੁਛ ਹੋਇਆ ਕਿਆ ਨਹੀਂ। ਜਿਵੇਂ ਘਰ 'ਚ ਦੱਸ ਰਹੇ ਹਾਂ ਵੀ ਉਹ ਕੋਠੇ ਪਰ ਕੰਧ ਟੱਪ ਕੇ ਆਇਆ ਜੀ, ਸਾਨੂੰ ਵੱਧ ਤੋਂ ਵੱਧ ਇਨਸਾਫ ਚਾਹੀਦਾ। ਆਪਣਾ ਗੁਆਂਢੀ ਤਾਂ ਸੰਗਤ ਸਿੰਘ ਦਾ ਮੁੰਡਾ ਸ਼ਰੋਲ ਜੀ ਹੈ ਜੀ, ਧਰਮ ਸਿੰਘ ਦਾ ਸੰਗਤ ਸਿੰਘ ਦਾ ਭਤੀਜਾ ਜੀ। ਹਾਂਜੀ ਹਾਂ, ਬੋਲ ਜੀ ਉਹਦਾ ਨਾਮ ਸੀਗੇ ਜੀ। ਅੱਜ ਜ਼ਿਆਦਾ ਫਾਂਸੀ ਸਜ਼ਾ ਚਾਹੀਦੀ ਹੈ ਜੀ, ਹੱਥ ਬੰਨ ਕੇ ਬੇਨਤੀ ਹੈ। ਕੀ ਮਾਰਿਆ ਟੱਕ ਲੱਗਿਆ ਹੋਇਆ, ਤੁਸੀਂ ਜਾ ਕੇ ਦੇਖ ਨਹੀਂ ਸਕਦੇ ਹੋ ਕਿ ਪਾਣ ਦਾ ਟੱਕ ਲੱਗਿਆ ਹੋਇਆ ਜੀ। ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ, ਇਹਦਾ ਡੈਡੀ ਕੋਠੇ ਤੇ ਚੱਲਿਆ। ਉਹ ਕਹਿੰਦੇ ਵੀ ਅਸੀਂ ਤੇ ਇਹੀ ਗੱਲ ਕਹੀ ਆ ਵੀ ਕਿਆ ਹੋਇਆ ਜੀ, ਕੰਦ ਟੱਪ ਕੇ ਆ ਕੇ ਜੀ ਸਾਡੇ। ਪਹਿਲਾਂ ਤਾਂ ਜੀ ਕਿਰਪਾਨ ਗਿਆ, ਸਾਰੀਆਂ ਡਿਸਟਾਂ ਦਰਵਾਜ਼ੇ ਤੋੜੇ ਆ ਜੀ। ਮੇਰੇ ਘਰ ਵਾਲੇ ਦੇ ਪਤਾ ਨਹੀਂ ਕਿੱਥੇ ਮਾਰੀ ਆ ਜੀ, ਲਹੂ ਲਹਾਨ ਕਰਕੇ ਰੱਖਦਾ ਜੀ ਸਾਡੇ ਸਾਰੇ ਕੁੰਡੇ ਤਮੱਕੇ। ਔਰ ਮੇਰੇ ਪਰ ਵੀ ਵਰਸੇ ਲੈ ਲੈ ਕੇ ਜਾਵੇ, ਉਹਨੇ ਕਿਰਪਾਨ ਦੇ ਦੋ ਕੱਟੇ ਜੀ। ਐਨ ਹੋਸ਼ ਹੋਸ਼ ਮਾਤਾ ਜੀ, ਕੋਈ ਤਾਕਤ ਨਹੀਂ, ਕੋਈ ਕੁਛ ਨਹੀਂ ਹੈਗਾ ਜੀ। ਉਹ ਸਾਡੇ ਪਰੇ ਅੱਖ ਰੱਖਦਾ, ਮੇਰੇ ਜੇਠ ਦੇ ਮੁੰਡੇ ਪਰ ਉਹਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ, ਉਹਨੂੰ ਵੀ ਚੱਲਦਾ ਨਹੀਂ। ਉਹ ਵਿਚਾਰੇ ਜਾਲੀਆਂ ਲਾ ਲਾ ਕੇ ਬਚ ਰਹੇ ਆ ਜੀ। ਕੀ ਨਾਂ ਸੀ ਬੰਦੇ ਦਾ ਜੀ? ਗੋਲਡੀ ਆ ਜੀ। ਤੁਹਾਡੇ ਨਾਂ ਦੇ ਬੰਦੇ ਜੀ? ਸਾਡੇ ਗੁਆਂਢੀਆਂ ਦਾ ਬੰਦਾ ਹੈ ਜੀ। ਫਾਦਰ ਨੇਮ ਕੀ ਉਹਨਾਂ ਦਾ? ਹਾਂਜੀ, ਬਾਪ ਦਾ ਨਾਂ ਕੀ ਉਹਨਾਂ ਦਾ? ਧਰਮ ਸਿੰਘ ਜੀ। ਉਹ ਵਿਚਾਰੇ ਜਾਲੀਆਂ ਲਾ ਲਾ ਕੇ ਮੁੰਡਾ ਬਚ ਰਿਹਾ ਜੀ, ਇੱਕੋ ਇੱਕ ਮੁੰਡਾ ਉਹਦਾ ਵੀ ਮੇਰੇ ਜੇਠ ਦਾ ਜੀ। ਆਪਸੀ ਰੰਜਿਸ਼ ਚੱਲ ਰਹੀ ਤੁਹਾਡੀ? ਸਾਡੀ ਕੋਈ ਰੰਜਿਸ਼ ਨਹੀਂ, ਸਾਡੀ ਕੋਈ ਦੁਸ਼ਮਣੀ ਨਹੀਂ ਜੀ, ਕੋਈ ਗੱਲ ਨਹੀਂ ਜੀ, ਕੋਈ ਉਹ ਨਹੀਂ ਜੀ। ਅਸੀਂ ਤਾਂ ਆਪਣੇ ਅੰਦਰ ਦਰਵਾਜ਼ੇ ਲਾਈ ਬੈਠੇ ਤੇ ਜੀ, ਬਨੇਰੇ ਮੇਰੇ ਮੁੰਡੇ ਨੂੰ ਬੁਲਾ ਰਿਹਾ ਤਾਂ ਜੀ, ਮੁੰਡਾ ਨਿਕਲਿਆ ਨਹੀਂ ਜੀ, ਬਾਪ ਵੀ ਸਿਰਫ ਕੋਠੇ 'ਤੇ ਚੜਿਆ ਹੈ ਜੀ, ਹੋਰ ਕੋਈ ਗੱਲ ਨਹੀਂ। ਕੰਧ ਟੱਪ ਕੇ ਆਇਆ ਜੀ ਸਾਡੇ ਗੇਟ, ਸਾਡੇ ਕੈਮਰੇ ਵੀ ਲੱਗੇ ਹੋਏ, ਕੈਮਰਿਆਂ 'ਚ ਵੀ ਬੇਚੱਕ ਜੀ ਦੇਖ ਲਿਓ ਜੀ। ਦਰਵਾਜ਼ੇ ਵੀ ਤੋੜ ਕੇ ਮਾਰੇ ਜੀ, ਸਾਡੀ ਡਿਸ ਵੀ ਤੋੜਤੀ ਜੀ, ਕਿਰਪਾਨ ਦੇ ਵੀ ਦੋ ਕਰਤੇ। ਤੁਹਾਡਾ ਬੰਦਾ ਠੀਕ ਹੈ ਹੁਣ? ਕਿੱਦਾਂ? ਪਤਾ ਨਹੀਂ ਜੀ, ਬੰਦਾ ਸਾਡਾ ਠੀਕ ਨਹੀਂ ਹੈ। ਗੁਆਂਢੀ ਦੇ ਵੱਲੋਂ ਹੀ ਗੁਆਂਢੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇੱਕ ਗੁਆਂਢੀ ਦੂਸਰੇ ਗੁਆਂਢੀ ਦੇ ਘਰ ਛੱਤ ਟੱਪ ਕੇ ਤੇਜ਼ ਧਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚਿਆ ਸੀ ਤੇ ਜਾਂਦੇ ਸਾਰ ਹੀ ਇੱਕ ਵਿਅਕਤੀ ਦੇ ਉੱਤੇ ਉਸਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਗਰਦਨ ਦੇ ਉੱਤੇ ਕਈ ਵਾਰ ਕੀਤੇ ਗਏ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਪੂਰੀ ਦਹਿਸ਼ਤ ਫੈਲ ਗਈ ਹੈ, ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ, ਪਰ ਆਖਿਰ ਇਹ ਕਤਲ ਕਿਉਂ ਕੀਤਾ ਗਿਆ, ਇਸ ਦੇ ਬਾਰੇ ਜੋ ਜਾਂਚ ਹੈ ਉਹ ਪੁਲਿਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਤਾਂ ਮਾਮਲਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਗੁਆਂਢੀ ਹੀ ਗੁਆਂਢੀ ਦੀ ਜਾਨ ਦਾ ਦੁਸ਼ਮਣ ਬਣਿਆ ਤੇ ਗੁਆਂਢੀ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ।
ਕਰਕੇ ਜਾਣ ਘਰ ਆਇਆ ਜੀ। ਘਰ ਆ ਕੇ ਦੇਖਿਆ ਫਾਦਰ ਸਾਹਿਬ ਦੇ ਗਲ 'ਤੇ ਟੱਕ ਲੱਗਿਆ ਹੋਇਆ, ਸਾਨੂੰ ਕੁਛ ਨਹੀਂ ਪਤਾ ਵੀ ਕਿਆ ਕੁਛ ਹੋਇਆ ਕਿਆ ਨਹੀਂ। ਜਿਵੇਂ ਘਰ 'ਚ ਦੱਸ ਰਹੇ ਹਾਂ ਵੀ ਉਹ ਕੋਠੇ ਪਹਿਲਾਂ ਕੰਧ ਟੱਪ ਕੇ ਆਇਆ ਜੀ। ਸਾਨੂੰ ਵੱਧ ਤੋਂ ਵੱਧ ਇਨਸਾਫ ਚਾਹੀਦਾ ਜੀ। ਆਪਣਾ ਗੁਆਂਢੀ ਤਾਂ ਸੰਗਤ ਸਿੰਘ ਦਾ ਮੁੰਡਾ ਸ਼ਰੋਲ ਜੀ ਹੈ ਜੀ, ਧਰਮ ਧਰਮ ਸਿੰਘ ਸੰਗਤ ਸਿੰਘ ਦਾ ਭਤੀਜਾ ਜੀ। ਹਾਂਜੀ ਹਾਂ, ਬੋਲ ਜੀ ਉਹਦਾ ਨਾਮ ਜ਼ਿਆਦਾ ਫਾਂਸੀ ਚਾਹੀਦੀ ਹੈ ਜੀ। ਹੱਥ ਬੰਨ ਕੇ ਬੇਨਤੀ ਹੈ ਕੀ ਮਾਰਿਆ ਟੱਕ ਲੱਗਿਆ ਹੋਇਆ, ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਕਿ ਪਾਣ ਦਾ ਟੱਕ ਲੱਗਿਆ ਹੋਇਆ ਜੀ। ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ, ਇਹਦਾ ਡੈਡੀ ਕੋਠੇ 'ਤੇ ਚੱਲਿਆ। ਉਹ ਕਹਿੰਦੇ ਅਸੀਂ ਇਹੀ ਗੱਲ ਕਹੀ ਆ ਵੀ ਕਿਆ ਹੋਇਆ ਜੀ, ਕੰਧ ਟੱਪ ਕੇ ਆ ਕੇ ਜੀ ਸਾਡੇ। ਪਹਿਲਾਂ ਤਾਂ ਜੀ ਕਿਰਪਾਨ ਗਿਆ, ਸਾਰੀਆਂ ਡਿਸਾਂ ਡਿਸਾਂ ਦਰਵਾਜ਼ੇ ਤੋੜੇ ਆ ਜੀ। ਮੇਰੇ ਘਰ ਵਾਲੇ ਦੇ ਪਤਾ ਨਹੀਂ ਕਿੱਥੇ ਮਾਰੀ ਆ ਜੀ, ਲਹੂ ਲਹਾਨ ਕਰਕੇ ਰੱਖਦਾ ਜੀ ਸਾਡੇ ਸਾਰੇ ਕੁੰਡੇ ਕਬੂਤੇ। ਔਰ ਮੇਰੇ ਪਰ ਨੂੰ ਵੀ ਵਰਸੇ ਲੈ ਕੇ ਜਾਵੇ, ਉਹਨੇ ਕਿਰਪਾਨ ਦੇ ਦੋ ਕਰਤੇ ਜੀ। ਐਨ ਹੋਸ਼ ਹੋ ਆਸ਼ਮਾ ਤਾਂ ਜੀ, ਕੋਈ ਪਾਗਲ ਨਹੀਂ ਕੋਈ ਕੁਛ ਨਹੀਂ ਹੈਗਾ ਜੀ। ਉਹ ਸਾਡੇ ਪਰ ਅੱਖ ਰੱਖਦਾ, ਮੇਰੇ ਜੇਠ ਦੇ ਮੁੰਡੇ ਪਰ ਜੀ, ਉਹਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ, ਉਹਨੂੰ ਵੀ ਚੱਲਦਾ ਜੀ। ਉਹ ਵਿਚਾਰੇ ਜਾਲੀਆਂ ਲਾ ਲਾ ਕੇ ਬਚ ਰਹੇ ਆ ਜੀ। ਕੀ ਨਾਂ ਸੀ ਬੰਦੇ ਦਾ ਜੀ? ਗੋਲਡੀ ਆ ਜੀ। ਤੁਹਾਡੇ ਨਾਂ ਦੇ ਬੰਦੇ ਜੀ? ਸਾਡੇ ਗੁਆਂਢੀਆਂ ਦਾ ਬੰਦਾ ਹੈ ਜੀ। ਫਾਦਰ ਨੇਮ ਕੀ ਉਹਨਾਂ ਦਾ? ਹੈਲੀ ਬਾਬਾ ਦਾ ਨਾਂ ਕੀ ਉਹਨਾਂ ਦਾ? ਤਰੁਣ ਸਿੰਘ ਜੀ। ਉਹ ਵਿਚਾਰੇ ਜਾਲੀਆਂ ਲਾ ਲਾ ਕੇ ਮੁੰਡਾ ਬਚ ਰਿਹਾ ਜੀ, ਇੱਕੋ ਇੱਕ ਮੁੰਡਾ ਉਹਦਾ ਵੀ ਮੇਰੇ ਜੇਠ ਦਾ ਜੀ। ਅਜੀ ਆਪਸੀ ਰੰਜਿਸ਼ ਚੱਲ ਰਹੀ ਤੁਹਾਡੀ? ਸਾਡੀ ਕੋਈ ਰੰਜਿਸ਼ ਨਹੀਂ, ਸਾਡੀ ਕੋਈ ਦੁਸ਼ਮਣੀ ਨਹੀਂ ਜੀ, ਕੋਈ ਗੱਲ ਨਹੀਂ ਜੀ, ਕੋਈ ਉਹ ਨਹੀਂ ਵੀ ਜੀ। ਅਸੀਂ ਤਾਂ ਆਪਣੇ ਅੰਦਰ ਦਰਵਾਜ਼ੇ ਲਾਈ ਬੈਠੇ ਤੇ ਬਨੇਰੇ ਜੱਪ ਟੱਪ ਕੇ। ਮੇਰੇ ਮੁੰਡੇ ਨੂੰ ਬੁਲਾ ਰਿਹਾ ਤਾਂ ਜੀ, ਮੁੰਡਾ ਨਿਕਲਿਆ ਨਹੀਂ ਜੀ ਬਾਪ ਦੀ, ਸਿਰਫ ਕੋਠੇ 'ਤੇ ਚੜਿਆ ਹੈ ਜੀ। ਹੋਰ ਕੋਈ ਗੱਲ ਨਹੀਂ, ਕੰਧ ਟੱਪ ਕੇ ਆਇਆ ਜੀ ਸਾਡੇ ਗੇਟ। ਸਾਡੇ ਕੈਮਰੇ ਵੀ ਲੱਗੇ ਹੋਏ, ਕੈਮਰਿਆਂ 'ਚ ਵੀ ਬੇਚੱਕ ਜੀ ਦੇਖ ਲਿਓ ਜੀ। ਦਰਵਾਜ਼ੇ ਵੀ ਤੋੜ ਕੇ ਮਾਰੇ ਜੀ, ਸਾਡੀ ਡਿਸ ਵੀ ਤੋੜਤੀ ਜੀ, ਕਿਰਪਾਨ ਦੇ ਵੀ ਦੋ ਕਰਤੇ। ਤੁਹਾਡਾ ਬੰਦਾ ਠੀਕ ਆ ਹੁਣ ਕਿੱਦਾਂ? ਪਤਾ ਨਹੀਂ ਜੀ, ਬੰਦਾ ਸਾਡਾ ਠੀਕ ਨਹੀਂ ਹੈਗਾ ਜੀ।